ਐਸੀ ਮਹਾਨ ਉਹ ਸੰਸਥਾ ਉਦਾਸੀਨ ਵੱਡਾ ਅਖਾੜਾ। ਔਰ ਇਹ ਮਹਾਨ ਸੰਸਥਾ ਜਿਹੜੀ ਹੈ, ਮਹਾਨ ਇਹ ਸੰਪਰਦਾਇ ਹੈ, ਉਦਾਸੀਨ ਭੇਕ ਹੈ ਸਤ ਸੰਗਤ ਜੀ। ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਕਰਮ ਯੋਗੀ ਮਹਾਨ ਸਿੱਧ ਪੁਰਸ਼ ਅਵਤਾਰੀ ਪੁਰਸ਼ ਮਹਾਂਪੁਰਖ ਤਤ ਬੇਤੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਤੋਂ ਉਦਾਸੀਨ ਭੇਖ ਦਾ ਆਗਾਜ਼ ਹੋਇਆ। ਇਹ ਉਦਾਸੀਨ ਭੇਖ ਚੱਲਿਆ। ਔਰ ਸਾਡੇ ਵਿੱਚ ਦੇਖੋ ਬੜਾ ਸੋਹਣਾ ਕਵੀਸ਼ਰੀ ਜਥੇ ਨੇ ਇੱਕ ਭਾਵ ਪੂਰਤ ਬਚਨ ਕਿਹਾ ਕਿ ਸਾਡੇ ਵਿੱਚ ਦਵੈਤ ਨਹੀਂ ਹੈ। ਗੁਰੂ ਨਾਨਕ ਸਾਹਿਬ ਦਾ ਕੋਈ ਵੀ ਆਪਾਂ ਨੂੰ ਸਿਧਾਂਤ ਪੁੱਛੇ ਨਾ ਮਤ ਪੁੱਛੇ, ਕਿਉਂਕਿ ਗੁਰੂ ਨਾਨਕ ਜੀ ਦਾ ਮਤ ਕੀ ਹੈ ਤਾਂ ਆਪਾਂ ਇੱਕ ਹੀ ਜਵਾਬ ਦੇਵਾਂਗੇ, ਗੁਰੂ ਨਾਨਕ ਸਾਹਿਬ ਦਾ ਮਤ ਅਦਵੈਤ ਮਤ ਹੈ। ਕਿਸੇ ਨਾਲ ਵੀ ਦਵੈਸ਼ ਨਹੀਂ ਕਰਨੀ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਉਦਾਸੀਨ ਭੇਖ ਦਾ ਆਗਾਜ਼ ਜਦੋਂ ਤੋਂ ਇਸ ਧਰਤੀ ਤੇ ਬਾਬਾ ਜੀ ਦੀ ਅਗਵਾਈ ਵਿੱਚ ਹੋਇਆ, ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾ ਕੇ ਬਾਬਾ ਜੀ ਨੇ ਇਸ ਤਪਦੀ ਬਲਦੀ ਸੜਦੀ ਲੋਕਾਈ ਦੇ ਉੱਤੇ ਮਹਾਨ ਬਖਸ਼ਿਸ਼ਾਂ ਕੀਤੀਆਂ। ਔਰ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਜੀ ਤੱਕ ਛੇ ਸਤਿਗੁਰੂ ਸਹਿਬਾਨਾਂ ਨੇ ਬਾਬਾ ਜੀ ਦਾ ਬਹੁਤ ਵੱਡਾ ਗੁਰੂ ਘਰ ਦੇ ਵਿੱਚ ਸਨਮਾਨ ਕੀਤਾ ਔਰ ਸਨਮਾਨ ਸਤਿਕਾਰ ਰੱਖਿਆ। ਗੁਰ ਇਤਿਹਾਸ ਵਿੱਚ ਆਉਂਦਾ ਸਾਲ ਵਿੱਚ ਇੱਕ ਘੋੜਾ ਇੱਕ ਪੁਸ਼ਾਕਾ 500 ਰੁਪਇਆ, ਉਦੋਂ ਚਾਂਦੀ ਦੇ ਰੁਪਏ ਹੋਇਆ ਕਰਦੇ ਸਨ। ਬਾਬਾ ਸ਼੍ਰੀ ਚੰਦ ਜੀ ਜਿੱਥੇ ਵੀ ਹੁੰਦੇ ਉਹਨਾਂ ਦੀ ਭੇਟਾ ਲਈ ਇਹ ਵਸਤੂਆਂ ਜਾਇਆ ਕਰਦੀਆਂ ਸਨ ਗੁਰੂ ਘਰ ਵੱਲੋਂ। ਛੇ ਗੁਰੂ ਸਹਿਬਾਨਾਂ ਤੱਕ ਇੰਨਾ ਵੱਡਾ ਸਨਮਾਨ ਔਰ ਸਤਿਕਾਰ ਸਤਿਗੁਰੂ ਸਹਿਬਾਨ ਉਹਨਾਂ ਦਾ ਕਰਦੇ ਰਹੇ। ਸਤ ਸੰਗਤ ਜੀ, ਇਹ ਗੁਰੂ ਕਾ ਪੰਥ ਹੈ ਜਿਹੜਾ ਸਿੱਖ ਪੰਥ ਹੈ, ਔਰ ਅੰਮ੍ਰਿਤ ਛਕਾ ਕੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਨੂੰ ਖਾਲਸਾ ਪੰਥ ਦਾ ਰੁਤਬਾ ਬਖਸ਼ਿਆ। ਇਸ ਵਿੱਚ ਕਿੰਨੀ ਵੱਡੀ ਸਾਧ ਸੰਗਤ ਦੀ ਸੁਮੇਲਤਾ ਹੈ, ਕਿੱਡਾ ਵੱਡਾ ਅਦਵੈਤ ਮਤ ਹੈ ਕਿ ਸਾਡੇ ਵਿੱਚ ਉਦਾਸੀਨ ਭੇਖ ਹੈ, ਨਿਰਮਲ ਭੇਖ ਹੈ, ਸੇਵਾ ਪੰਥੀ ਹਨ, ਨਿਹੰਗ ਸਿੰਘ ਜਥੇਬੰਦੀਆਂ ਹਨ, ਕਾਰ ਸੇਵਾ ਵਾਲੇ ਹਨ, ਸਾਰੇ ਰਲ ਕੇ ਹੀ ਅਸੀਂ ਗੁਰੂ ਕਾ ਪੰਥ ਅਖਵਾ ਸਕਦੇ ਹਾਂ। ਇਕੱਲਾ ਇਕੱਲਾ ਕੋਈ ਪੰਥ ਨਹੀਂ ਅਖਵਾ ਸਕਦਾ। ਔਰ ਕਿੱਡੀ ਵੱਡੀ ਮਹਾਨ ਰਹਿਮਤ ਹੈ ਸਤਿਗੁਰੂ ਦੀ, 12-12 ਸਾਲ ਬਾਅਦ ਹਿੰਦੁਸਤਾਨ ਦੀ ਧਰਤੀ ਤੇ 4 ਜਗ੍ਹਾ ਤੇ ਕੁੰਭ ਲੱਗਦੇ ਹੈ। ਹਰਿਦੁਆਰ ਵਿੱਚ ਲੱਗਦਾ, ਇਸੇ ਤਰ੍ਹਾਂ ਨਾਸਕ ਦੀ ਧਰਤੀ ਤ੍ਰਿੰਬਕੇਸ਼ਵਰ ਵਿਖੇ ਲੱਗਦਾ, ਉਜੈਨਪੁਰੀ ਵਿੱਚ ਲੱਗਦਾ, ਅਲਾਹਾਬਾਦ ਲੱਗਦਾ, ਜਿੱਥੇ ਉੱਥੇ ਸਨਾਤਨ ਧਰਮ ਦੀਆਂ ਉਹ ਮਹਾਨ ਸੰਪਰਦਾਇ ਸੰਨਿਆਸੀ ਮਹਾਤਮਾ ਔਰ ਵੈਰਾਗੀ ਜਮਾਤ ਆਪਣੀਆਂ ਸ਼ਾਹੀਆਂ ਉਸ ਮਹਾਨ ਕੁੰਭ ਦੇ ਖੇਤਰ ਵਿੱਚ ਕਰੋੜਾਂ ਦੀ ਦੁਨੀਆਂ ਦੇ ਸੇਵਕਾਂ ਦੀ ਤਾਦਾਦ ਵਿੱਚ ਕੱਢਦੇ ਹੈ, ਉੱਥੇ ਸਾਡਾ ਵੀ
ਇਹ ਬਾਬਾ ਜੀ ਦੀ, ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੀ ਏਡੀ ਵੱਡੀ ਘਾਲਣਾ ਕਿ ਉੱਥੇ ਉਦਾਸੀਨ ਭੇਖ ਵੀ ਆਪਣੀ ਸ਼ਾਹੀ ਲੈ ਕੇ, ਨਿਰਮਲ ਭੇਖ ਵੀ ਆਪਣੀ ਸ਼ਾਹੀ ਲੈ ਕੇ ਸਾਰੇ ਕੁੰਭ ਖੇਤਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦਾ ਦੁਨੀਆਂ ਦੇ ਅੰਦਰ ਆਗਾਜ਼ ਕਰਦੇ ਹੈ। ਔਰ ਉੱਥੇ ਦੂਸਰੇ ਧਰਮਾਂ ਦੇ ਜਦੋਂ ਲੋਕ ਆਉਂਦੇ ਹੈ, ਉਹ ਵੇਖਦੇ ਹੈ ਕਿ ਗੁਰੂ ਨਾਨਕ ਸਾਹਿਬ, ਗੁਰੂ ਕਾ ਪੰਥ, ਸਿੱਖ ਪੰਥ, ਇਹ ਵੀ ਇਸ ਕੁੰਭ ਦੇ ਵਿੱਚ, ਇਸ ਮਹਾਨ ਪੁਰਬ ਦੇ ਉੱਤੇ ਆਪਣਾ ਯੋਗਦਾਨ ਪਾ ਰਿਹਾ। ਉਹਨਾਂ ਨੂੰ ਵੀ ਪਤਾ ਲੱਗਦਾ ਕਿ ਗੁਰੂ ਕਾ ਪੰਥ ਇਤਨੀ ਵੱਡੀ, ਇਸ ਪੰਥ ਦੀ ਇੱਥੇ ਮਹਾਨ ਸਾਜਤਾ ਹੈ ਔਰ ਐਡਾ ਵੱਡਾ ਪ੍ਰਤਾਪ ਹੈ ਉੱਥੇ। ਸਾਰੀ ਦੁਨੀਆ ਉੱਥੇ ਕਿੱਡੇ ਕਿੱਡੇ ਲੰਗਰਾਂ ਦਾ ਆਗਾਜ਼, ਕਥਾ ਕੀਰਤਨ ਦੇ ਪ੍ਰੋਗਰਾਮ। ਜੇਕਰ ਉੱਥੇ ਕੋਈ ਸਾਡੇ ਨਿਸ਼ਾਨ ਨੂੰ ਬੁਲੰਦ ਰੱਖਦਾ ਨਾ ਦੁਨੀਆ ਵਿੱਚ, ਤਾਂ ਸਾਡੇ ਕੋਲ ਉਦਾਸੀਨ ਭੇਖ ਹੈ, ਨਿਰਮਲ ਭੇਖ ਹੈ। ਸਾਡੇ ਮਨ ਵਿੱਚੋਂ ਹਮੇਸ਼ਾ ਲਈ ਇਹ ਦੁਬਧਾ, ਇਹ ਦਵੈਸ਼ ਦੂਰ ਹੋਣੀ ਚਾਹੀਦੀ ਹੈ ਕਿ ਉਦਾਸੀਨ ਜਾਂ ਨਿਰਮਲੇ ਪੰਥ ਤੋਂ ਵੱਖਰੇ ਨਹੀਂ ਹਨ, ਸਾਡੇ ਪੰਥ ਦਾ ਪ੍ਰਮੁੱਖ ਅੰਗ ਹਨ। ਬਹੁਤ ਵੱਡੀਆਂ ਇਹਨਾਂ ਦੀਆਂ ਘਾਲਣਾਵਾਂ ਔਰ ਕੁਰਬਾਨੀਆਂ ਹਨ ਸਾਧ ਸੰਗਤ ਜੀ। ਜੇ ਦਸਮ ਪਿਤਾ ਜੀ ਦੇ ਨਾਲ ਸਿੱਖ ਸੂਰਮੇ ਯੋਧਿਆਂ ਨੇ ਸ਼ਹਾਦਤਾਂ ਦਿੱਤੀਆਂ, ਉੱਥੇ ਉਦਾਸੀਨ ਮਹਾਂਪੁਰਖਾਂ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ। ਪੌਂਟਾ ਸਾਹਿਬ ਦਾ ਯੁੱਧ ਹੁੰਦਾ, ਉਸ ਵਿੱਚ ਉਦਾਸੀਨ ਸੰਪਰਦਾਏ ਦੇ ਮਹਾਤਮਾ ਸੰਤ ਕਿਰਪਾਲ ਦਾਸ ਜੀ ਹਿਆਤ ਖਾਂ ਦੇ ਨਾਲ ਆਪਣੇ ਕੁੱਤਕੇ ਨਾਲ ਹੀ ਮੁਕਾਬਲਾ ਕਰਕੇ ਉਸ ਨਿਮਕ ਹਰਾਮੀ ਨੂੰ ਸਜ਼ਾ ਦਿੰਦੇ ਆ, ਮੈਦਾਨੇ ਜੰਗ ਵਿੱਚ ਮਾਰਦੇ ਆ। ਔਰ ਦਸਮ ਪਾਤਸ਼ਾਹ ਜੀ ਨੇ ਉਹਨਾਂ ਦੀ ਮਹਾਨ ਕੁਰਬਾਨੀ ਦਾ, ਮਹਾਨ ਬਹਾਦਰੀ ਦਾ ਜ਼ਿਕਰ ਆਪਣੀ ਰਚਨਾ ਸ੍ਰੀ ਵਿਚਿੱਤਰ ਨਾਟਕ ਦੇ ਵਿੱਚ ਕੀਤਾ। ਕਿਰਪਾਲ ਦਾਸ ਕੋ ਪਿਓ ਕੁੱਤਕੋ ਸੰਭਾਰੀ, ਹਠੀ ਖਾਨ ਹਿਆਤ ਕੇ ਸੀਸ ਚਾਰੀ। ਬਹੁਤ ਵੱਡੀਆਂ ਕੁਰਬਾਨੀਆਂ। ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਦਸਮ ਪਿਤਾ ਜੀ ਛੱਡਦੇ ਹੈ, ਉਦੋਂ ਨੌਵੇਂ ਪਾਤਸ਼ਾਹ ਜੀ ਦੇ ਸੀਸਗੰਜ ਅਸਥਾਨ ਦੀ ਸੇਵਾ, ਤਖ਼ਤ ਕੇਸਗੜ੍ਹ ਦੀ ਸੇਵਾ, ਬਲਕਿ ਸਾਰੇ ਅਨੰਦਪੁਰ ਸਾਹਿਬ ਦੀ ਸੇਵਾ, ਸੰਤ ਗੁਰਬਖਸ਼ ਦਾਸ ਜੀ ਉਦਾਸੀ ਮਹਾਤਮਾ ਨੂੰ ਸਾਰੀ ਸੇਵਾ ਸੌਂਪ ਕੇ ਜਾਂਦੇ ਹੈ।